बड़ी खबर सामने आ रही है जालंधर के अलावलपुर में आज एक व्यक्ति को बुरी तरह से उसका कत्ल कर दिया गया था इस केस को पुलिस की ओर से सॉल्व कर लिया गया है जी जहाँ देहाती पुलिस ने हत्यारे को गिरफ्तार कर लिया है पूछताछ में ये बात सामने आई है कि पुरानी रंजिश के चलते इस कत्ल की वारदात को अंजाम दिया गया है हत्यारे की पहचान सोनू के रूप में हुई है हत्यारे से एक लोहे का दातर भी बरामद किया गया है जिससे उसने कुलविंदर सिंह का कत्ल किया था आप भी डालिए जालंधर केसरी के लिए सुनील महाजन की इस रिपोर्ट पर एक नजर ये बिल्कुल बिल्कुल सानू आज वेरी अर्ली मॉर्निंग की इंफॉर्मेशन मिली कि एक 15 साल का लड़का हैगा ਜਦਾ ਨਾਮ ਕੁਲਵਿੰਦਰ ਕਿੰਦਾ ਹੈ ਉਹਦੀ ਡੈਡ ਬੋਡੀ ਬੜੇ ਹੀ ਬੇਰਹਿਮੀ ਨਾਲ ਕਤਲ ਕੀਤਾ ਹੋਇਆ ਸੀ ਸੋ ਉਹਦੀ ਡੈਡ ਬੋਡੀ ਮਿਲੀ ਹੈਗੀ ਲਾਵਲਪੁਰ ਦੇ ਏਰੀਆ ਦੇ ਵਿੱਚ ਇਮੀਡੀਏਟਲੀ ਸਾਡੀ ਟੀਮਸ ਨੂੰ ਅਸੀਂ ਪ੍ਰੈਸ ਕੀਤਾ ਐਕਸ਼ਨ ਦੇ ਵਿੱਚ ਡੀਐਸਪੀ ਆਦਮਪੁਰ ਖੁਦ ਮੌਕੇ ਤੇ ਗਏ ਐਸਐਚਓ ਆਦਮਪੁਰ ਤੇ ਉਹਨਾਂ ਦੀਆਂ ਟੀਮਸ ਨੇ ਬੜੀ ਹੀ ਸਵਿਫਟਲੀ ਐਕਸ਼ਨ ਲੈਂਦੇ ਹੋਏ ਜਿਹੜਾ ਹੈਗਾ ਅਕਿਊਜ਼ਡ ਸੋਨੂ ਉਹਨੂੰ ਵਿਦਨ 2 ਆਵਰਸ ਅਸੀਂ ਰਾਉਂਡ ਅਪ ਕਰਕੇ ਅਰੈਸਟ ਕਰ ਲਿਆ ਤੇ ਉਹ ਤੋਂ ਤਫਤੀਸ਼ ਕੀਤੀ ਤੇ ਹੀ ਸਾਹਮਣੇ ਆਇਆ ਕਿ ਜਿਹੜਾ ਵਿਕਟਮ ਸੀਗਾ ਤੇ ਜਿਹੜਾ ਅਕਿਊਜ਼ਡ ਦੋਨੋਂ ਇੱਕ ਦੂਜੇ ਨੂੰ ਜਾਣਦੇ ਸੀ ਪੁਰਾਣੇ ਤੇ ਦੋਨੋਂ ਅਲਾਵਲਪੁਰ ਚ ਇੱਕ ਮਤਲਬ ਅਬੰਡਨਡ ਹਾਊਸ 'ਚ ਰਹਿੰਦੇ ਸੀਗੇ ਨੇੜੇ-ਨੇੜੇ ਘਰ ਸੀਗੇ ਸੋ ਜਿਹੜਾ ਸੋਨੂ ਹੈਗਾ ਦੋਸ਼ੀ ਇਹ ਬੇਸਿਕਲੀ ਪਹਿਲਾਂ ਵੀ ਇਸ ਤੇ ਇੱਕ ਚੋਰੀ ਦਾ ਮਕਦਮਾ ਦਰਜ ਸੀਗਾ ਤੋ ਇੱਕ ਸਾਲ ਪਹਿਲਾਂ ਇੱਕ ਸਾਲ ਸਜ਼ਾ ਕੱਟ ਕੇ ਆਇਆ ਹੈ ਜੇਲ੍ਹ ਦੇ ਵਿੱਚੋਂ ਤਿੰਨ ਮਹੀਨੇ ਪਹਿਲਾਂ ਹੀ ਆਇਆ ਹੈਗਾ ਸੋ ਉਸ ਤੋਂ ਬਾਅਦ ਇਹ ਇਸ ਜਿਹੜੀ ਹੈਗੀ ਕਾਰਵਾਈ ਨੂੰ ਅੰਜਾਮ ਦੇ ਮਤਲਬ ਜਿਹੜੀ ਮੈਂ ਚੋਰੀ ਕੀਤੀ ਆ ਜਿਹਦੇ ਵਿੱਚ ਉਹਦੇ ਵਿੱਚ ਮੈਨੂੰ ਸਜ਼ਾ ਹੋ ਗਈ ਹੈ ਇਹ ਬੰਦੇ ਨੂੰ ਨਹੀਂ ਹੋਈ ਸੋ ਇਹ ਇਸ ਗੱਲ ਦੀ ਰੰਜਿਸ਼ ਰੱਖਦਾ ਸੀਗਾ ਕਿ ਇਹਦਾ ਵੀ ਇਹਨੂੰ ਵੀ ਹੋਣੀ ਚਾਹੀਦੀ ਸੀ ਬੱਟੇ ਸੈਕਿੰਡ ਗੱਲ ਕਿਤਨੇ ਕਿਤੇ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਿਹੜਾ ਵਿਕਟਿਮ ਜਿਹੜਾ ਦੋਸ਼ੀ ਸੀਗਾ ਬੇਸਿਕਲੀ ਉਹ ਕਿਤਨੇ ਕਿਤੇ ਸਾਈਕੋਲੋਜੀਕਲ ਇਸ਼ੂਸ ਤੋਂ ਸਫਰ ਕਰ ਰਿਹਾ ਸੀ ਉਹ ਹਾਲੇ ਸਿਰਫ ਪ੍ਰੀਲਿਮਿਨਰੀ ਤੌਰ ਤੇ ਲੋਕਾਂ ਨੂੰ ਪਤਾ ਚੱਲੀ ਹੈ ਸਾਨੂੰ ਗੱਲ ਅ ਜਿਹੜੀ ਇਸ ਸੰਬੰਧੀ ਅਸੀਂ ਇਨਵੈਸਟੀਗੇਸ਼ਨ ਚ ਦੇਖਾਂਗੇ ਕਿ ਕੀ ਉਹਦਾ ਮੈਡੀਕਲ ਬੈਕਗ੍ਰਾਉਂਡ ਹੈ ਕੋਈ ਦਵਾਈ ਲੈਂਦਾ ਸੀ ਜਾਂ ਨਹੀਂ ਜਿਹਦੇ ਕਰਕੇ ਉਹਨੂੰ ਇਸ ਤਰ੍ਹਾਂ ਦੀ ਮਤਲਬ ਗੱਲ ਹੋ ਰਹੀ ਸੀ ਸੋ ਇਹੀ ਮੇਨ ਜਿਹੜਾ ਰੰਜਿਸ਼ ਵਾਲਾ ਐਂਗਲ ਤੇ ਸੈਕਿੰਡ ਸਾਈਕੋਲੋਜੀਕਲ ਇਸ਼ੂ ਹੈ ਉਹ ਵਾਲਾ ਸਾਹਮਣੇ ਆਇਆ ਹਾਲੇ ਤੱਕ ਗੇਟ ਲੱਗਿਆ ਹੋਇਆ ਸਾਨੂੰ ਉਸ ਤੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਕਿ ਕੋਈ ਡਰਿੰਕ ਕੀਤੀ ਹੋਏ ਆ ਕੋਈ ਇਸ ਤਰ੍ਹਾਂ ਦੀ ਤੇ ਉਸ ਤੋਂ ਬਾਅਦ ਫਿਰ ਉਥੋਂ ਫਰਸਟ ਸੀਨ ਆਫ ਕ੍ਰਾਈਮ ਤੋਂ ਇਹ ਬਾਡੀ ਡੰਪ ਕਰਕੇ ਬੂਰੇ ਦੇ ਵਿੱਚ ਜਿੱਥੇ ਸੈਕਿੰਡ ਸੀਨ ਆਫ ਕਰਾਇਮ ਹੈ ਜਿੱਥੇ ਬਾਡੀ ਨੂੰ ਡਿਸਪੋਜ਼ ਆਫ ਕਰਨਾ ਸੀ ਉੱਥੇ ਸਾਨੂੰ ਬਾਡੀ ਮਿਲੀ ਨਹੀਂ ਇਹ ਬੰਦਾ ਜਿਹੜਾ ਸੋਨੂ ਸੀਗਾ ਜੀ ਬਿਲਕੁਲ ਇਹ ਇਕੱਲਾ ਹੀ ਸੀਗਾ ਸੀਸੀਟੀਵੀ ਫੁਟੇਜਿਸ ਵੀ ਸਾਡੇ ਕੋਲ ਆਈਆਂ ਉਹਨਾਂ ਨੂੰ ਵੀ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਕਵਜਾ ਚਲਾਵਾਂਗੇ ਤੋਂ ਇਹ ਸਾਨੂੰ ਕਲੀਅਰ ਹੈ ਜੀ ਇਕੱਲਾ ਹੀ ਬੰਦਾ ਸੀ ਜੀ ਜੀ ਬਿਲਕੁਲ ਇਹਨੇ ਜਿਹੜਾ ਉੱਥੇ گارਬੇਜ ਪਿਆ ਸੀਗਾ ਨੇਕੇਡ ਆਈ ਨਾਲ ਤੇ ਇਹ ਹੀ ਲੱਗ ਰਿਹਾ ਸੀਗਾ ਕਿ گارਬੇਜ ਨੂੰ ਬਾਡੀ ਦੇ ਉੱਪਰ ਪਾ ਕੇ ਉਹਨੂੰ ਜਲਾਇਆ ਗਿਆ ਬਟ ਫਿਰ ਵੀ ਸਾਡੀ ਫੋਰੈਂਸਿਕ ਦੀ ਟੀਮ ਦੇ ਉੱਥੇ ਮੌਕੇ ਤੇ ਪਹੁੰਚ ਕੇ ਐਵੀਡੈਂਸ ਕਲੈਕਟ ਕੀਤਾ ਜੇ ਇਹ ਬੇਸਿਕਲੀ ਅਲਾਵਲਪੁਰ ਦੇ ਹੀ ਹੈਗੇ ਆ ਜੀ ਰਹਿਣ ਵਾਲੇ ਦੋਨੋਂ ਲੇਬਰਰ ਟਾਈਪ ਹੈਗੇ ਆ ਬਟ ਇਹ ਹੈ ਕਿ ਇਹ ਘਰ ਆਪਣੇ ਆਪਣੇ ਫੈਮਿਲੀ ਦੇ ਨਾਲ ਨਹੀਂ ਰਹਿੰਦੇ ਇਕੱਲੇ ਹੀ ਅਬੰਨਣ ਜਗ੍ਹਾ ਤੇ ਰਹਿੰਦੇ ਹੈਗੇ ਨਹੀਂ ਦੇਖੋ ਜੀ ਇਹ ਜਿਹੜਾ ਹੈਗਾ ਬੜਾ ਸਾਡੇ ਲਈ ਚੈਲੰਜ ਸੀਗਾ ਜਿਵੇਂ ਤੁਸੀਂ ਆਪ ਹੀ ਦੱਸਿਆ ਕਿ ਬੋਡੀ ਦੀ ਸ਼ੇਪ ਬੜੀ ਮਾੜੀ ਸੀਗੀ ਬਟ ਫਿਰ ਵੀ ਸਾਡੀਆਂ ਟੀਮ ਅਸੀਂ ਪ੍ਰੈਸ ਕੀਤੀਆਂ ਇਮੀਡੀਏਟਲੀ ਟੈਕਨੀਕਲ ਐਵੀਡੈਂਸ ਸੀਸੀਟੀਵੀ ਫੁਟੇਜਿਸ ਚੈੱਕ ਕੀਤੀਆਂ ਤੇ ਉਤੋਂ ਇਲਾਵਾ ਹਿਊਮਨ ਰਿਸੋਰਸਸ ਵੀ ਲਗਾ ਕੇ ਅਸੀਂ ਇਮੀਡੀਏਟਲੀ ਬੰਦਾ ਰਾਉਂਡ ਅਪ ਕਰਕੇ ਵਿਦਨ 2 ਆਵਰਸ ਤੇ ਸਾਰਾ ਇਹ ਕਾਰਵਾਈ ਨੂੰ ਅਮਲ ਵਿੱਚ अर्ਲੀ ਮਾਰਨਿੰਗ ਹੋਇਆ ਜੀ अर्ਲੀ ਮਾਰਨਿੰਗ ਇਹਨੇ ਕੀਤਾ ਤੇ ਉਸ ਤੋਂ ਬਾਅਦ ਸਾਨੂੰ ਇਮੀਡੀਏਟਲੀ ਜਿਵੇਂ